ਤੇ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ 'ਚ ਪਏ ਹੈਲਮੈਟਾਂ ਦੀ ਕੋਈ ਦੁਕਾਨ ਨਹੀਂ ਹੈ। ਇਹ ਹੈਲਮੈਟ ਪੰਜਾਬ ਪੁਲਿਸ ਦੀ ਤਰਫੋਂ ਚੌਂਕ ਵਿੱਚ ਰੱਖੇ ਗਏ ਨੇ ਅਤੇ ਇਹ ਹੈਲਮੈਟ ਸੜਕਾਂ 'ਤੇ ਹੈਲਮੈਟ ਨਾ ਪਾਉਣ ਵਾਲਿਆਂ ਨੂੰ ਦਿੱਤੇ ਜਾ ਰਹੇ ਨੇ। ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਚਲਾਨ ਕੱਟਣ ਤੋਂ ਬਾਅਦ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਇਸ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਸੰਬੰਧੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਿੱਖ ਸਕਦੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਰਵਾ ਚੌਥ ਦਾ ਦਿਨ ਸੀ ਅਤੇ ਹੈਲਮੈਟ ਤੋਂ ਬਿਨਾਂ ਔਰਤਾਂ ਨੇ ਆਪਣੇ ਪਤੀਆਂ ਲਈ ਲੰਬੀ ਉਮਰ ਦੇ ਵਰਤ ਰੱਖੇ ਹੋਏ ਸਨ, ਪਰ ਸੜਕਾਂ 'ਤੇ ਸਾਨੂੰ ਹਰ ਸਮੇਂ ਖਤਰਾ ਰਹਿੰਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸੁਰੱਖਿਅਤ ਰਹਿ ਕੇ ਹੀ ਅਸੀਂ ਰਿਸ਼ਤਿਆਂ ਨੂੰ ਚੰਗੇ ਢੰਗ ਨਾਲ ਨਿਭਾ ਸਕਦੇ ਹਾਂ। ਬਹੁਤ ਵਧੀਆ ਮੈਸੇਜ ਦਿੱਤਾ ਗਿਆ ਪੰਜਾਬ ਪੁਲਿਸ ਐਂਡ ਐਨ ਜੀ ਓ ਵੱਲੋਂ, ਠੀਕ ਹੈ। ਇੱਕ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਆਪਣੇ ਪਰਿਵਾਰ ਵੱਲ, ਘਰੋਂ ਨਿਕਲੋ ਅਤੇ ਹੈਲਮੈਟ ਪਾ ਕੇ ਨਿਕਲੋ, ਲੈ ਕੇ ਨਿਕਲੋ। ਔਰ ਬਹੁਤ ਹੀ ਅੱਛਾ ਰਿਹਾ ਐਕਸਪੀਰੀਅੰਸ, ਥੈਂਕ ਯੂ। ਜੋ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਆ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਮਨਾ ਰਹੇ ਹਾਂ। ਉਹਦੇ ਦਰਮਿਆਨ ਹੀ ਅਸੀਂ ਜਿਹੜੇ ਸਕੂਲ ਆ ਉਹਨਾਂ ਵਿੱਚ ਵੀ ਸਾਡੇ ਸੈਮੀਨਾਰ ਜਿਹੜੇ ਉਹ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੇ ਆ। ਔਰ ਉਸੇ ਹੀ ਸੰਬੰਧ ਵਿੱਚ ਅੱਜ ਕਰਵੇ ਚੌਥ ਦਾ ਵਰਤ ਜਿਹੜਾ ਵਾ ਉਹਦੇ ਵਿੱਚ ਵੀ ਅਸੀਂ ਜਿਹੜੀਆਂ ਬੀਬੀਆਂ ਨੇ ਫਾਸਟ ਰੱਖੇ ਹੋਏ ਆਪਣੇ ਹਸਬੈਂਡ ਦੀ ਲੰਬੀ ਉਮਰ ਵਾਸਤੇ ਉਹਨਾਂ ਨੂੰ ਅਸੀਂ ਹੈਲਮਟ ਦੇ ਰਹੇ ਹਾਂ ਤਾਂ ਜੋ ਕਿ ਕਦੀ ਵੀ ਕੋਈ ਇਹੋ ਜਿਹੀ ਮਿਸਹੈਪਨਿੰਗ ਨਾ ਹੋਵੇ ਜਿਹੜਾ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਜਾਣ ਅਤੇ ਹੈਲਮਟ ਨਾਲ ਉਹਨਾਂ ਦੀ ਸੇਫਟੀ ਬਣੀ ਰਹੇ। ਮੇਰਾ ਨਾਮ ਪਵਨ ਸ਼ਰਮਾ, ਪ੍ਰਧਾਨ ਸੋਸ਼ਲ ਵੈਲਫੇਅਰ ਹੈਲਥ ਕੇਅਰ ਸੁਸਾਇਟੀ ਖੇਮਕਰਨ ਵੱਲੋਂ। ਅੱਜ ਅਸੀਂ ਨਾਵਲਟੀ ਚੌਂਕ ਲਾਰੈਂਸ ਰੋਡ ਵਿਖੇ ਇੱਕ ਨਵਾਂ ਉਪਰਾਲਾ ਕਰਨ ਆਏ ਹੋਏ ਸੀ ਜਿਹਦੇ ਵਿੱਚ ਅਸੀਂ ਸਪੈਸ਼ਲੀ ਜਿਹੜੀ ਲੇਡੀਜ਼ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ ਅਸੀਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ। ਅਸੀਂ ਸਪੈਸ਼ਲੀ ਇੱਥੇ ਹੈਲਮਟ ਵੰਡ ਰਹੇ ਹਾਂ ਉਹਨਾਂ ਲੜਕੀਆਂ ਨੂੰ ਜਿਹੜਾ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ ਅਤੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹੈਲਮਟ ਪੱਤਿਆਂ ਨੂੰ ਪਵਾਉਣਾ ਕਿੰਨਾ ਜ਼ਰੂਰੀ ਆ। ਉਹ ਇਸ ਕਰਕੇ ਕਿਉਂਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੁਰਘਟਨਾ ਪੰਜਾਬ ਵਿੱਚ ਰੋਡ ਐਕਸੀਡੈਂਟ ਵਿੱਚ ਹੋ ਰਹੀ ਹੈ ਅਤੇ ਅਸੀਂ ਪਤਨੀਆਂ ਨੂੰ ਅਪੀਲ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਆਪਣੀ ਪਤੀਆਂ ਨੂੰ ਹੈਲਮਟ ਪਵਾਓ ਤਾਂ ਜੋ ਉਹਨਾਂ ਦੀ ਸੁਰੱਖਿਆ ਆਪਾਂ ਸਮਝ ਲਓ ਕਿ ਸਾਰਾ ਕੁਝ ਸੇਫ ਰੱਖ ਸਕੀਏ। ਡੀ ਨਿਊਜ਼ ਲਈ ਹਰਜੀਤ ਗਰੇਵਾਲ ਦੀ ਰਿਪੋਰਟ।